ਇੱਕ ਅੰਗਰੇਜ਼ ਕਹਿੰਦਾ ਮੈਂ ਪੰਜਾਬੀ ਸਿੱਖਣੀ ਹੈ ਉਹ ਮੇਰੇ ਵਰਗੇ ਨੂੰ ਕਹਿੰਦਾ ਕਹਿੰਦੇ ਮੈਨੂੰ ਪੰਜਾਬੀ ਸਿਖਾ ਦਿਓ ਕਹਿੰਦਾ ਲੈ ਯਾਰ ਇਹ ਕੱਲ ਮਿੰਟ ਦੀ ਗੱਲ ਹੈ ਤੈਨੂੰ ਸਿਖਾ ਦਿਆਂਗੇ ਉਹ ਕਹਿੰਦਾ ਠੀਕ ਹੈ ਉਹ ਕਹਿੰਦਾ ਗੱਲ ਸੁਣ ਲੈ ਮਾੜਾ ਜਿਹਾ ਕਹਿੰਦਾ ਆਪਾਂ ਮੁੱਛਾਂ ਨੂੰ ਵੱਟ ਵੁੱਟ ਦੇ ਲਈਏ ਕਹਿੰਦਾ ਇਹ ਵੱਟ ਦਾ ਕੀ ਮਤਲਬ ਹੈ ਕਹਿੰਦਾ ਐਂ ਕਰਨਾ ਅੱਛਾ ਕਹਿੰਦਾ ਯਾਰ ਕਮੀਜ਼ ਦੇ ਵੱਟ ਕੱਢ ਲਈਏ ਮਾੜੇ ਜੇ ਕਹਿੰਦਾ ਇਹ ਵੱਟ ਕਹਿੰਦਾ ਕੱਪੜੇ ਨੂੰ ਪ੍ਰੈਸ ਕਰਨਾ ਕਹਿੰਦਾ ਖੜ ਜਾ ਇੱਕ ਮਿੰਟ ਕਹਿੰਦਾ ਮੈਂ ਰੱਸੀ ਵੱਟ ਕੇ ਦੇ ਦਿਆਂ ਕਹਿੰਦਾ ਉਹ ਕੱਟੂ ਦੇ ਪਾਉਣੀ ਆ ਉਹ ਕਹਿੰਦਾ ਇਹ ਵੱਟਦਾ ਕੀ ਮਤਲਬ ਕਹਿੰਦਾ ਰੱਸੀ ਨੂੰ ਮੈਂ ਸਾਣ ਦੀ ਵੱਟਣੀ ਕਹਿੰਦਾ ਉਹ ਜਿਹੜਾ ਸਾਹਮਣੇ ਬੰਦਾ ਆਉਂਦਾ ਕਹਿੰਦਾ ਉਹ ਵੀ ਆਪਣੇ ਥੋੜੇ ਜਿਹਾ ਵੱਟ ਜਿਹਾ ਰੱਖਦਾ ਕਹਿੰਦਾ ਵੱਟ ਆਪਾਂ ਉਹਦੇ ਵੀ ਕੱਢਣੇ ਨੇ ਅੱਛਾ ਕਹਿੰਦਾ ਯਾਰ ਇੱਧਰ ਤਾਂ ਪਾਣੀ ਲੱਗਿਆ ਕਹਿੰਦਾ ਆਪਾਂ ਵੱਟ ਵੱਟ ਚੱਲਾਂਗੇ ਤੇ ਅੱਛਾ ਉਹ ਜਦੋਂ ਅੰਗਰੇਜ਼ ਆਕੜ ਜਾਏਗਾ ਕਹਿੰਦਾ ਤੈਨੂੰ ਕੀ ਵੱਟ ਚੜਿਆ ਹੋਏ।